ਜੇ ਵਹੀਕਲ ਚੋਪੜਾ ਜੋ FIR ਨੰਬਰ 280 2023 ਕੇ ਤਹਿਤ ਅਰੈਸਟ ਹੁਆ ਥਾ, ਉਸਕੀ ਜੋ ਪ੍ਰਾਪਰਟੀ ਹੈ ਵੋ ਆਜ ਸੀਜ਼ ਕੀ ਗਈ ਹੈ। ਠੀਕ ਹੈ, ਇਹ ਅਸੈਸਮੈਂਟ ਲਗਾ ਕਰ ਹੀ ਪਤਾ ਚਲੇਗਾ, ਫਿਲਹਾਲ ਤੋਂ ਅਟੈਚਮੈਂਟ ਇਸਕੀ ਹੋ ਗਈ ਹੈ। ਅਟੈਚਮੈਂਟ ਮੈਂ ਮੈਂ ਪੂਰੀ ਬਿਲਡਿੰਗ ਹੈ, ਅਭੀ ਅਭੀ ਦੇਖਾ ਨਹੀਂ ਪੂਰੀ ਬਿਲਡਿੰਗ ਹੈ, ਇਸਕੋ ਅਟੈਚਮੈਂਟ ਕੋ ਕਿਸ ਕਿਸ ਮੇਂ ਥਾ? NDSP NDPS ਕੇ ਕੇਸ FIR ਨੰਬਰ 2080 ਕੇ ਨਾਲ ਸਮੇਂ ਕਾਰਵਾਈ ਕੀ ਜਾਏਗੀ? ਨਹੀਂ ਅਭੀ ਇਹ ਪੁਲਿਸ ਕਾ ਇਨਵੈਸਟੀਗੇਸ਼ਨ ਕੇ ਬਾਅਦ ਹੀ ਪਤਾ ਚਲੇਗਾ, ਫਿਲਹਾਲ ਇਹ ਇਸਕੋ ਪ੍ਰਾਪਰਟੀ ਕੋ ਅਟੈਚਮੈਂਟ ਕੀ ਗਈ। ਸਾਰੀ ਪ੍ਰਾਪਰਟੀ ਇਹ ਪੂਰੀ ਬਿਲਡਿੰਗ ਅਟੈਚਮੈਂਟ ਕੇ ਹੋ ਗਿਆ ਹੈ। ਸਰ ਇਹ ਵਹੀਕਲ ਚੋਪੜਾ ਵਹੀਕਲ ਚੋਪੜਾ ਜੋ FIR ਨੰਬਰ 280 2023 ਕੇ ਤਹਿਤ ਅਰੈਸਟ ਹੁਆ ਥਾ, ਉਸਕੀ ਜੋ ਪ੍ਰਾਪਰਟੀ ਹੈ ਵੋ ਆਜ ਸੀਜ਼ ਕੀ ਗਈ ਹੈ। ਇਹ ਅਸੈਸਮੈਂਟ ਲਗਾ ਕਰ ਹੀ ਪਤਾ ਚਲੇਗਾ, ਫਿਲਹਾਲ ਤੋਂ ਅਟੈਚਮੈਂਟ ਇਸਕੀ ਹੋ ਗਈ ਹੈ। ਅਟੈਚਮੈਂਟ ਮੈਂ ਪੂਰੀ ਬਿਲਡਿੰਗ ਹੈ, ਅਭੀ ਅਭੀ ਦੇਖਾ ਨਹੀਂ ਪੂਰੀ ਬਿਲਡਿੰਗ ਹੈ, ਇਸਕੋ ਅਟੈਚਮੈਂਟ ਕੋ ਕਿਸ ਮੇਂ ਥਾ? NDSP NDPS ਕੇ ਕੇਸ FIR ਨੰਬਰ 2080 ਕੇ ਨਾਲ ਸਮੇਂ ਕਾਰਵਾਈ ਕੀ ਜਾਏਗੀ? ਨਹੀਂ ਅਭੀ ਇਹ ਪੁਲਿਸ ਕਾ ਇਨਵੈਸਟੀਗੇਸ਼ਨ ਕੇ ਬਾਅਦ ਹੀ ਪਤਾ ਚਲੇਗਾ, ਫਿਲਹਾਲ ਇਹ ਇਸਕੋ ਪ੍ਰਾਪਰਟੀ ਕੋ ਅਟੈਚਮੈਂਟ ਕੀ ਗਈ। ਸਾਰੀ ਪ੍ਰਾਪਰਟੀ ਇਹ ਪੂਰੀ ਬਿਲਡਿੰਗ ਅਟੈਚਮੈਂਟ ਕੇ ਹੋ ਗਿਆ ਹੈ। ਸਰ ਇਹ ਵਹੀਕਲ ਚੋਪੜਾ ਵਹੀਕਲ ਚੋਪੜਾ ਜੋ FIR ਨੰਬਰ 280 2023 ਕੇ ਤਹਿਤ ਅਰੈਸਟ ਹੁਆ ਥਾ, ਉਸਕੀ ਜੋ ਪ੍ਰਾਪਰਟੀ ਹੈ ਵੋ ਆਜ ਸੀਜ਼ ਕੀ ਗਈ ਹੈ। ਇਹ ਅਸੈਸਮੈਂਟ ਲਗਾ ਕਰ ਹੀ ਪਤਾ ਚਲੇਗਾ, ਫਿਲਹਾਲ ਤੋਂ ਅਟੈਚਮੈਂਟ ਇਸਕੀ ਹੋ ਗਈ ਹੈ। ਅਟੈਚਮੈਂਟ ਮੈਂ ਪੂਰੀ ਬਿਲਡਿੰਗ ਹੈ, ਅਭੀ ਅਭੀ ਦੇਖਾ ਨਹੀਂ ਪੂਰੀ ਬਿਲਡਿੰਗ ਹੈ, ਇਸਕੋ ਅਟੈਚਮੈਂਟ ਕੋ ਕਿਸ ਮੇਂ ਥਾ? NDSP NDPS ਕੇ ਕੇਸ FIR ਨੰਬਰ 2080 ਕੇ ਨਾਲ ਸਮੇਂ ਕਾਰਵਾਈ ਕੀ ਜਾਏਗੀ? ਨਹੀਂ ਅਭੀ ਇਹ ਪੁਲਿਸ ਕਾ ਇਨਵੈਸਟੀਗੇਸ਼ਨ ਕੇ ਬਾਅਦ ਹੀ ਪਤਾ ਚਲੇਗਾ, ਫਿਲਹਾਲ ਇਹ ਇਸਕੋ ਪ੍ਰਾਪਰਟੀ ਕੋ ਅਟੈਚਮੈਂਟ ਕੀ ਗਈ। ਸਾਰੀ ਪ੍ਰਾਪਰਟੀ ਇਹ ਪੂਰੀ ਬਿਲਡਿੰਗ ਅਟੈਚਮੈਂਟ ਕੇ ਹੋ ਗਿਆ ਹੈ। ਸਰ ਇਹ ਵਹੀਕਲ ਚੋਪੜਾ FIR ਨੰਬਰ 300 2023 ਕੇ ਤਹਿਤ ਅਰੈਸਟ ਹੁਆ ਥਾ, NDPS ਕੇ ਤਹਿਤ ਅਭੀ ਤੱਕ ਅਰੈਸਟ ਹੀ ਹੈ, ਇਸਕੀ ਪ੍ਰਾਪਰਟੀ ਟੈਸਟ ਕਰਨਾ ਪੁਲਿਸ ਕੇ ਲਈ ਜ਼ਰੂਰੀ ਥਾ, ਇਸ ਲਈ ਆਜ ਇਸਕੀ ਪ੍ਰਾਪਰਟੀ ਕੋ ਟੈਸਟ ਕੀਆ ਗਿਆ ਹੈ।